ਇਹ ਅੰਗਰੇਜ਼ਾਂ ਦਾ ਲਾਇਆ ਹੋਇਆ ਨਲਕਾ 1902 ਦਾ ਤੇ ਦਰਸ਼ਕੋ ਇੱਥੇ ਵੱਡੇ ਵੱਡੇ ਪੱਥਰ ਲੱਗੇ ਆ ਮੈਂ ਦੱਸਦਾ ਇੱਕ ਗੱਲ ਪਾਸੇ ਵੀ ਖਾਈ ਆ ਤੇ ਇਧਰਲੇ ਪਾਸੇ ਵੀ ਖਾਈ ਆ ਗੱਲ ਉਹ ਆਪਾਂ ਪਹੁੰਚ ਗਏ ਹੁਣ ਚਰਚ ਆਫ ਇੰਗਲੈਂਡ ਦੇ ਵਿੱਚ ਮਤਲਬ ਕਿ ਹੈ ਕਸੋਬਲੀ ਦੇ ਵਿੱਚ ਇਹਨੂੰ ਚਰਚ ਆਫ ਇੰਗਲੈਂਡ ਕਹਿੰਦੇ ਆ ਖੂਬਸੂਰਤ ਜੋ ਚਰਚ ਬਣੀ ਹੋਈ ਆ ਮਤਲਬ ਸਵਾਹ ਪੈ ਜਾਂਦੀ ਸੀ ਥੱਲੇ ਬੰਡਲ ਜਿਹਾ ਦਿੱਤਾ ਹੋਇਆ ਵਾ ਤਾਂ ਇੱਥੇ ਦੇ ਵਿੱਚ ਕੀ ਸੀ ਇੱਥੇ ਕੋਲਾ ਹਾਂ ਅੱਗ ਇੱਥੇ ਚੜੀ ਕੋਲਾ ਕਾਲਾ ਇੱਥੇ ਪੈ ਜਾਂਦਾ ਸੀ ਜੋ ਵੀ ਸੀ 150 ਸਾਲ ਦੇ ਲਗਭਗ ਦਾ ਸਮਾਂ ਪੀਰੀਅਡ ਮੰਨ ਲਓ ਸਹੀ ਤੁਸੀਂ ਹੈ ਨਾ ਹਾਂ ਹੌਲੀ ਹੌਲੀ ਉਹ ਥੱਲੇ ਆ ਰਿਹਾ ਵਾ ਅਤੇ ਆਹ ਗੱਲਬਾਤ ਆ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦੇਵਤਿਆਂ ਦੀ ਭੂਮੀ ਉੱਤੇ ਲੈ ਕੇ ਆ ਗਏ ਹਾਂ ਮਤਲਬ ਦੇਵਤਿਆਂ ਦੀ ਧਰਤੀ 'ਤੇ ਲੈ ਕੇ ਆ ਗਏ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਅਤੇ ਅੱਜ ਤੁਹਾਨੂੰ ਦੱਸਾਂਗੇ ਕਸੌਲੀ ਬਾਰੇ ਕਸੌਲੀ 'ਚ ਜਿੰਨੇ ਵੀ ਹਿੱਲ ਸਟੇਸ਼ਨ ਨੇ ਜਾਂ ਘੁੰਮਣ ਵਾਲੀਆਂ ਥਾਵਾਂ ਨੇ ਉਹ ਵੀ ਦੱਸਾਂਗੇ ਅਤੇ ਨਾਲ ਦੱਸਾਂਗੇ ਭਾਈ ਤੁਹਾਡਾ ਖਰਚਾ ਕਿੰਨਾ ਕੁ ਹੋ ਜਾਊਗਾ ਅਤੇ ਮੈਂ ਦੱਸ ਦਿਵੇਂ ਕਿੱਥੇ ਕੁ ਜੇ ਪੈਂਦਾ ਚੰਡੀਗੜ੍ਹ ਤੋਂ ਜਾਂ ਬਈ ਨਾਲ ਜੇ ਕਹਿ ਸਕਦੇ ਹਾਂ ਕਿ 50-60 ਕਿਲੋਮੀਟਰ ਦੀ ਦੂਰੀ 'ਤੇ ਪੈ ਜਾਂਦਾ ਕਸੌਲੀ ਅਤੇ ਉਹਦੇ ਬਾਰੇ ਡਿਟੇਲ ਦੱਸਾਂਗੇ ਬਹੁਤ ਖੂਬਸੂਰਤ ਕੰਮ ਆ ਮਤਲਬ ਠੰਡਾ ਮਾਹੌਲ ਆ ਜਿਵੇਂ ਪੰਜਾਬ 'ਚ ਹੁਣ ਤੱਤੀਆਂ ਹਵਾਵਾਂ ਚੱਲਦੀਆਂ ਅਤੇ ਇੱਥੇ ਠੰਡੀਆਂ ਚੱਲਦੀਆਂ ਨਹੀਂ ਤਾਂ ਇੰਨਾ ਚਿਰ ਖੜ੍ਹ ਦੇ ਨਾਲ ਬੰਦਾ ਮੁੜਕੋ ਮੁੜਕੀ ਹੋ ਜਾਂਦਾ ਮੈਂ ਦੱਸਦਾ ਵੀ ਉਹ ਥਾਵਾਂ ਵੀ ਜਿਹੜੀ ਘੱਟ ਖਰਚੇ ਦੇ ਵਿੱਚ ਅਤੇ ਵਧੀਆ ਤਰੀਕੇ ਨਾਲ ਖੂਬਸੂਰਤ ਨਜ਼ਾਰੇ ਲੈ ਸਕਦੇ ਹਾਂ ਅਤੇ ਇਸ ਵਕਤ ਅਸੀਂ ਸਾਡੇ ਨਾਲ ਗੁਰਪ੍ਰੀਤ ਹੋਊਗਾ ਨਾਲ ਅਤੇ ਨਾਲ ਸੋਨੀ ਬਾਲਪੁਰ ਨਾਲੇ ਸਾਰੀਆਂ ਗੱਲਾਂ ਪਤਾ ਦੱਸਾਂਗੇ ਨਾਲੇ ਸਾਰੇ ਬਾਜ਼ਾਰ ਬਜ਼ੂਰ ਹਿੱਲ ਸਟੇਸ਼ਨ ਚਰਚ ਅਤੇ ਹੋਰ ਜੋ ਵੀ ਸਾਨੂੰ ਮਿਲਿਆ ਉਹ ਸਾਰਾ ਕੁਛ ਹੀ ਦਿਖਾਵਾਂਗੇ ਆਓ ਚੱਲੀਏ ਦਰਸ਼ਕੋ ਆਪਾਂ ਪਹੁੰਚ ਗਏ ਹੁਣ ਚਰਚ ਆਫ ਇੰਗਲੈਂਡ ਦੇ ਵਿੱਚ ਮਤਲਬ ਕਿ ਹੈ ਕਸੌਲੀ ਦੇ ਵਿੱਚ ਇਹਨੂੰ ਚਰਚ ਆਫ ਇੰਗਲੈਂਡ ਕਹਿੰਦੇ ਆ ਖੂਬਸੂਰਤ ਜੋ ਚਰਚ ਬਣੀ ਹੋਈ ਆ ਕਿਹਾ ਜਾਂਦਾ ਵੀ 1844 ਤੋਂ 53 ਦੇ ਦਰਮਿਆਨ ਬਣੀ ਸੀ ਅਤੇ ਇਕੱਠ ਇੱਥੇ ਪੂਰਾ ਹੀ ਹੁੰਦਾ ਭਰਾਵੋ ਦੁਪਹਿਰੇ ਜੇ ਅਸੀਂ ਆ ਗਏ ਸੀ ਹਵਾ ਹੀ ਇਕੱਲੀ ਠੰਡੀ ਚੱਲਦੀ ਸੀ ਐਂ ਲੱਗਦਾ ਸੀ ਵੀ ਲੈ ਵੀ ਆ ਕੇ ਫਸ ਗਏ ਹਾਂ ਪਰ ਜਿਉਂ ਜਿਉਂ ਮਾਹੌਲ ਹੁਣ ਠੰਡਾ ਜਿਹਾ ਹੁੰਦਾ ਜਾਂਦਾ ਨਾ ਮਤਲਬ ਧੁੱਪ ਵੀ ਘੱਟਦੀ ਜਾਂਦੀ ਐਂ ਲੱਗਦਾ ਵੀ ਸਵਰਗ ਇੱਥੇ ਹੀ ਆ ਮਤਲਬ ਹਿਮਾਚਲ ਦੀ ਇਹ ਕਹਿ ਸਕਦੇ ਹਾਂ ਕਿ ਸਭ ਤੋਂ ਛੋਟੀ ਪਹਾੜੀ ਸ਼੍ਰਿੰਖਲਾ 'ਚ ਆ ਜਾਂਦੀ ਆ ਜਦੋਂ ਸਟਾਰਟਿੰਗ 'ਚ ਆ ਜਾਂਦੀ ਆ ਸਟਾਰਟਿੰਗ ਹਿੱਲ ਸਟੇਸ਼ਨ ਆ ਅਤੇ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸਨਸੈੱਟ ਸਨਰਾਈਜ਼ ਪੁਆਇੰਟ ਵੀ ਦਿਖਾਵਾਂਗੇ ਮੰਕੀ ਪੁਆਇੰਟ ਵੀ ਦਿਖਾਵਾਂਗੇ ਆਹ ਵੀ ਦੱਸਦੇ ਹਾਂ ਵੀ ਜਿਹੜਾ ਇਹਦੇ ਅੰਦਰ ਫਰਨੀਚਰ ਪਿਆ ਨਾ ਉਹ ਵੀ ਕਹਿੰਦੇ ਇੰਗਲੈਂਡ ਤੋਂ ਹੀ ਆਇਆ ਸੀਗਾ ਮਤਲਬ ਵੱਡੀ ਗੱਲਬਾਤ ਆ ਜਿਹੜੀ ਅੰਦਰ ਤਸਵੀਰ ਲੱਗੀ ਆ ਸ਼ਾਇਦ ਉਹ ਵੀ ਇੰਗਲੈਂਡ ਤੋਂ ਆਈ ਸੀ ਉਹ ਵੀ ਜਾ ਕੇ ਦੇਖਦੇ ਇਹ ਵੀ ਉਦੋਂ ਦੇ ਹੀ ਆ ਜਦੋਂ ਦੇ ਬਣੇ ਸੀਗੇ ਅਤੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਦਿਖਾ ਦੇਈਏ ਵੀਰੇ ਗੋਪੀ ਵੀਰੇ ਆ ਜਾਓ ਤੁਰਿਆ ਕਿੱਧਰ ਨੂੰ ਆਪਾਂ ਦੇਖਦੇ ਹਾਂ ਲੈ ਭਾਈ ਨਜ਼ਾਰੇ ਇੱਕ ਬਾਈ ਤੁਸੀਂ ਦੱਸਦੇ ਸੀ ਕਹਿੰਦੇ ਜਿਹੜੇ ਹਲਕਾ ਦੇ ਟਿਕਲਾ ਸੀ ਹਲਕੇ ਕੁੱਤੇ ਵਾਲੇ ਇੱਥੇ ਲੱਗਦੇ ਸੀ ਇਹ ਪਹਿਲੇ ਜ਼ਮਾਨੇ ਦੇ ਵਿੱਚ ਨਾ ਵੀਰ ਜੀ ਇਹ ਹੁੰਦਾ ਸੀਗਾ ਵੀ ਜਿਹੜੀ ਬਰਫ਼ ਠੰਡੀ ਜਗ੍ਹਾ ਰੱਖੇ ਜਾਂਦੇ ਸੀਗੇ ਉਹ ਅੱਛਾ ਇਹ ਥੱਲੇ ਤਾਂ ਨੀਚੇ ਕੋਈ ਠੰਡ ਰੱਖਣ ਯੋਗ ਚੀਜ਼ ਫਰਿੱਜਾਂ ਨਹੀਂ ਸੀ ਹੁੰਦੀਆਂ ਫਰਿੱਜਾਂ ਨੇ ਇਸ ਜਗ੍ਹਾ ਕਹਿੰਦੇ ਵੀ ਉਰੇ ਆ ਕੇ ਸਪੈਸ਼ਲੀ ਲੱਗਦੇ ਸੀਗੇ ਹਾਂ ਵੀ ਗੱਲ ਤੁਹਾਨੂੰ ਵੱਡੀ ਨੌਲੇਜ ਵਾਲੀ ਦੱਸਦੇ ਹਾਂ ਕਸੌਲੀ ਸਾਰੇ ਆਏ ਹੋਣਗੇ ਪਰ ਜਿਹੜੀ ਗੱਲ ਹੈ ਵੀ ਹਲਕਾ ਦੇ ਟੀਕੇ ਹਲਕੇ ਕੁੱਤੇ ਇੱਥੇ ਲੱਗਦੇ ਸੀ ਵੀ ਕਿਉਂਕਿ ਥੱਲੇ ਫਰਿੱਜਾਂ ਨਹੀਂ ਸੀ ਹੁੰਦੀਆਂ ਗਰਮੀਆਂ ਹੁੰਦੀਆਂ ਸੀਗੀਆਂ ਤਾਂ ਟੀਕੇ ਦੀ ਫਿਰ ਕੇਅਰ ਤੁਹਾਨੂੰ ਪਤਾ ਠੰਡੇ ਥਾਂ ਹੁੰਦੀ ਆ ਤਾਂ ਇਸੇ ਕਰਕੇ ਲੋਕ ਇੱਥੇ ਆਉਂਦੇ ਸੀ ਕਿਉਂਕਿ ਇੱਥੇ ਹਿਮਾਚਲ ਹਰਿਆਣਾ ਅਤੇ ਪੰਜਾਬ ਤਿੰਨੇ ਸਟੇਟਾਂ ਦੇ ਨੇੜੇ ਪੈਂਦਾ ਚੰਡੀਗੜ੍ਹ ਦੇ ਤਾਂ ਕਹਿ ਲਓ 50-60 ਕਿਲੋਮੀਟਰ ਹੀ ਆ ਬਸ ਆਹ ਤਾਂ ਦਿਖਾ ਦੀ ਵੀ ਆਹ ਲੈ ਤਾਂ ਉਹ ਕ੍ਰੋਸ ਸਾਈਨ ਲੱਗੇ ਹੋਏ ਆ ਅਤੇ ਆਹ ਦੇਖੋ ਬਹੁਤ ਪਵਿੱਤਰ ਥਾਂ ਵਾ ਹਰ ਧਰਮ ਦਾ ਰਿਗਾਰਡ ਕਰਨਾ ਬਣਦਾ ਹੈ ਨਾ ਹਾਂ ਬਿਲਕੁਲ ਬਣਦਾ ਵਾ ਆਪਾਂ ਐਂਟਰੀ ਚੱਲੇ ਸ਼ੂਜ਼ ਉਤਾਰਾਂਗੇ ਅਤੇ ਆ ਜਾਓ ਆਪਾਂ ਚਰਚ 'ਚ ਐਂਟਰੀ ਕਰ ਚੁੱਕੇ ਹਾਂ ਬਹੁਤ ਖੂਬਸੂਰਤ ਇਹ ਸ਼ਾਇਦ ਵਰਤਦੇ ਸੀ ਵੀ ਬੱਚਿਆਂ ਦੇ ਨਾਮ ਕਰਨ ਲਈ ਵਰਤਿਆ ਜਾਂਦਾ ਕੁਛ ਪੁਰਾਣੀ ਆ ਕੋਈ ਮਰਿਆਦਾ ਵਾ ਤਾਂ ਮੈਨੂੰ ਇਹਦੇ ਬਾਰੇ ਜ਼ਿਆਦਾ ਇਹਨਾਂ ਨੇ ਇਹ ਵੀ ਨਹੀਂ ਦੱਸ ਪਾ ਰਹੇ ਨਹੀਂ ਵੀ ਜੀ ਉਹ ਦੱਸ ਰਹੇ ਨੇ ਨਾ ਵੀ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਕਢਾਵਾਉਂਦੇ ਹਾਂ ਹਾਂ ਇੱਥੇ ਇੱਕ ਬੱਚੇ ਦਾ ਨਾਮ ਕਢਵਾਇਆ ਜਾਂਦਾ ਸੀ ਉਹਦੇ ਬਾਰੇ ਦੱਸ ਰਹੇ ਨੇ ਬਿਲਕੁਲ ਬਿਲਕੁਲ ਆਹ ਖੂਬਸੂਰਤ ਆਹ ਪਿੱਤਲ ਆ ਹੈ ਨਾ ਹਾਂਜੀ ਆਹ ਦਿਖਾ ਦੀ ਵੀਰੇ ਥਾਂ ਲਈ ਮਾੜਾ ਦੇਖੋ ਬਹੁਤ ਖੂਬਸੂਰਤ ਚੀਜ਼ ਆ ਇਹ ਮਤਲਬ ਕਹਿ ਸਕਦੇ ਕਿ 100 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਆਜੋ ਉਤਰ ਜਾਓ ਹਾਂ ਆ ਗਏ ਲਾਈਟਿੰਗ ਛੱਤਾਂ ਦਿਖਾ ਦਿਓ ਭਰਾ ਲੱਕੜ ਦੀਆਂ ਬਣੀਆਂ ਬਹੁਤ ਖੂਬਸੂਰਤ ਕਮਾ ਇਹ ਸਾਰੀ ਇਹਨੂੰ ਚਰਚ ਆਫ ਇੰਗਲੈਂਡ ਬੋਲਦੇ ਆ 1844 ਤੋਂ 53 ਦੇ ਦਰਮਿਆਨ ਮਤਲਬ ਇਹ ਬਣੀ ਸੀ ਹਾਂ ਇੱਥੇ ਪ੍ਰੇ ਕਰ ਸਕਦੇ ਹਾਂ ਸਾਹਮਣੇ ਦਿਖਾ ਦਿਓ ਕੁਛ ਉੱਥੇ ਨੋਟਸ ਅੱਡ ਲੱਗੇ ਹੋਏ ਨੇ ਸਾਰੇ ਦਿਖਾ ਦਿਆਂ ਆਹ ਫਰਨੀਚਰ ਦੀ ਗੱਲ ਕਰਦਾ ਸੀ ਵੀ ਉਸੇ ਵੇਲੇ ਦਾ ਹੀ ਆ ਹੋ ਸਕਦਾ ਇੰਗਲੈਂਡ ਤੋਂ ਤਾਂ ਨਾ ਆਇਆ ਹੋਵੇ ਕਿਉਂਕਿ ਇੱਥੇ ਹੀ ਬਣ ਗਿਆ ਹੋਊਗਾ ਉਹ ਮੈਂ ਇੱਥੋਂ ਭੁਲੇਖਣ ਲੱਗਿਆ ਗਿਆ ਪਰ ਅਸਲ 'ਚ ਹੈ ਇੱਥੋਂ ਦਾ ਵਾ ਅਤੇ ਇਹ ਵੀ ਕੁਛ ਸਿਸਟਮ ਆ ਪੁਰਾਣਾ ਦਰਸ਼ਕੋ ਆਹ ਵੀ ਬਹੁਤ ਕਮਾਲ ਦੀ ਚੀਜ਼ ਆ ਇਹ ਆਪਾਂ ਅੰਗੀਠੀ ਨਹੀਂ ਹੁੰਦੀ ਜੇ ਗਰਮ ਕਰਨ ਲਈ ਕਮਰਾ
ਆਹ ਦੇਖੋ ਇੱਥੇ ਜੇ ਐਸ਼ ਮਤਲਬ ਸਵਾਹ ਪੈ ਜਾਂਦੀ ਸੀ ਆਹ ਥੱਲੇ ਬੰਡਲ ਜਿਹਾ ਦਿੱਤਾ ਹੋਇਆ ਵਾ ਤਾਂ ਇੱਥੇ ਦੇ ਵਿੱਚ ਕੀ ਸੀ ਇੱਥੇ ਕੋਲਾ ਥੱਲੇ ਚੜੀ ਜਾਂਦੀ ਸੀ ਹਾਂ ਅੱਗ ਇੱਥੇ ਚੜੀ ਆ ਕੋਲਾ ਕਾਲਾ ਇੱਥੇ ਪੈ ਜਾਂਦਾ ਸੀ ਜੋ ਵੀ ਸੀ ਸਮੱਗਰੀ ਤਾਂ ਉਹਦੀ ਫਿਰ ਜਿਹੜੀ ਰਾਖ ਸੀ ਉਹ ਥੱਲੇ ਢਲਦੀ ਜਾਂਦੀ ਸੀ ਇਹ ਪੁਰਾਣਾ ਹੀ ਪੀਸ ਪਿਆ ਵਾ ਬਹੁਤ ਐਂਟੀਕ ਆ ਕਹਿ ਸਕਦੇ ਹਾਂ ਕਿ 150 ਸਾਲ ਦੇ ਲਗਭਗ ਦਾ ਸਮਾਂ ਪੀਰੀਅਡ ਮੰਨ ਲਓ ਸਹੀ ਤੁਸੀਂ ਹੈ ਨਾ ਹਾਂ ਅੱਡ ਅੱਡ ਸਮੇਂ ਸਮੇਂ ਦੇ ਜੋ ਘਟਨਾਕ੍ਰਮ ਹੋਏ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜੋ ਸੈਲੀਬ੍ਰੇਸ਼ਨ ਕਰਦੇ ਆ ਲੱਕੜ ਦੀ ਬਣੀ ਆ ਛੱਤ ਯਾਰ ਬੜੀ ਕਮਾਲ ਆ ਬਾਈ ਲੱਕੜ ਬਹੁਤ ਪੁਰਾਣੀ ਲੱਗਦੀ ਹੈ ਇਹ ਇੰਗਰੇਜ਼ਾਂ ਦੀ ਬ੍ਰਿਟਿਸ਼ਰਸ ਦੀ ਬਣਾਈ ਹੋਈ ਕਹਿ ਸਕਦੇ ਹਾਂ ਚਰਚਾ ਬਹੁਤ ਕਮਾਲ ਹੈ ਨਾ ਫਰਨੀਚਰ ਆਪਾਂ ਇੱਥੇ ਲੋਕ ਇੱਥੇ ਲਾਈਟਿੰਗ ਵੀ ਕਰਦੇ ਆ ਕੁਛ ਆਪਦੇ ਹਾਈਮਨਸ ਇਹਨਾਂ ਦੇ ਜੋ ਹੁੰਦੇ ਨੇ ਸਲੋਕ ਕਹਿ ਸਕਦੇ ਹਾਂ ਹਾਂ ਉਹ ਇਹ ਪੁਰਾਣੀਆਂ ਪੈ ਇਹਦੀਆਂ ਹੀ ਲੱਗੀ ਤਸਵੀਰ ਜੀ ਇੱਧਰ ਵੀ ਆ ਗਈਆਂ ਮੇਰੇ ਪੁਰਾਣੀ ਪੇਂਟਿੰਗਸ ਜੀ 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 ਠੀਕ ਹੈ ਜੀ ਹਿਸਟਰੀ ਇਸ ਕੀ ਇਹ ਇਹ ਸਾਰੀ 18,000 'ਚ ਚਰਚ ਬਣੀ ਸੀ ਸਾਰੀ ਕੋਸਟ ਨਾ 18,000 ਦੇ ਲਗਭਗ ਕੋਸਟ ਸੀ ਚਰਚ ਬਣਨ ਦੇ ਵਿੱਚ ਜੋ ਆਈ ਸੀਗੀ ਤਾਂ ਅੱਡ ਅੱਡ ਲਿਖੇ ਹੋਏ ਹਾਂ 1800 ਦੇ ਨੇੜੇ ਤੇੜੇ ਦੀ ਰਿਪੋਰਟ ਇੰਨਾ ਕੁ ਸੀਗਾ ਜੋ ਖਰਚਾ ਆਇਆ ਸੀ ਇਹਦਾ ਦਰਸ਼ਕੋ ਆਹ ਨਲਕਾ ਬਾਈ ਦੇਖ ਲਓ ਆਹ ਵੱਖਰੇ ਹਿਸਾਬ ਦਾ ਨਲਕਾ ਵਾ ਦੋ ਇਹਦੇ ਨਾਲਾਂ ਜੀਆਂ ਲਾਈਆਂ ਇੱਕ ਇੱਧਰਲੇ ਪਾਸੇ ਅਤੇ ਇੱਕ ਇੱਧਰਲੇ ਪਾਸੇ ਇਹ ਅੰਗਰੇਜ਼ਾਂ ਦਾ ਲਾਇਆ ਹੋਇਆ ਨਲਕਾ 1902 ਦਾ ਵੀ ਲਾ ਲਓ ਹਿਸਾਬ ਵੀ ਕਿੰਨਾ ਚਿਰ ਹੋ ਗਿਆ ਹੁਣ ਮਤਲਬ 225 ਸਾਲ ਹੀ ਮੰਨੋ ਤੁਸੀਂ ਵੀ ਇੱਕ ਤਾਂ ਆਹ ਹੋ ਗਿਆ ਆਹ ਇੱਥੋਂ ਕੀ ਹੁੰਦਾ ਸੀ ਕਹਿੰਦੇ ਤਾਂ ਥੱਲੇ ਪਾਇਪ ਹੁੰਦਾ ਸੀ ਇਹਦਾ ਟਾਈਮ ਹੁੰਦਾ ਸੀ ਮਤਲਬ ਵੀ ਅੱਧਾ ਘੰਟਾ ਪੌਣਾ ਘੰਟਾ ਉਹ ਤਾਂ ਤੋਂ ਛੱਡਦੇ ਸੀਗੇ ਉਹ ਫਿਰ ਪਾਇਪ ਲੱਗੇ ਸੀ ਇੱਥੋਂ ਦੀ ਤੋਂ ਫਿਰ ਇੱਥੋਂ ਦੀ ਪਾਣੀ ਆਉਂਦਾ ਸੀ ਆਹ ਬੰਦ ਕਰਨ ਵਾਸਤੇ ਸੀ ਟੋ ਜੀ ਮਤਲਬ ਕਿੱਥੇ ਗਲਾਸ ਗਲੂਸ ਲੱਗਿਆ ਹੁੰਦਾ ਸੰਗਲੀ ਆ ਤਾਂ ਇੱਥੋਂ ਹੀ ਸਾਰਾ ਸਿਸਟਮ ਚੱਲਦਾ ਸੀ ਸਾਰਾ ਮਤਲਬ 1902 ਦਾ ਬਣਿਆ ਹੋਇਆ ਨਲਕਾ ਇਹ ਉਸ ਸਮੇਂ ਦਾ ਇੱਕ ਸਬਲੀ ਦੇ ਵਿੱਚ ਆ ਦੇਖਿਓ ਐ ਵੱਖਰੀ ਕਿਸਮ ਦਾ ਵਾ ਇੱਥੇ ਮਾਡਲ ਵੀ ਲਿਖਿਆ ਹੋਇਆ ਵਾ 1902 ਆਹ ਦੇਖ ਕੁੱਪਰ ਦਿਖਾ ਦੀ ਆਹ ਦੇ ਕੀ 1902 ਲਿਖਿਆ ਆ 1902 ਇੱਦਾਂ ਲਿਖਿਆ ਆ ਮਤਲਬ ਇੱਥੋਂ ਚੱਲਦਾ ਸੀ ਦੋਨੇ ਪਾਸਿਓਂ ਪਾਣੀ ਨਿਕਲਦਾ ਸੀਗਾ ਅਤੇ ਲੋਕਾਂ ਨੂੰ ਅੱਧਾ ਕੁ ਘੰਟਾ ਮਿਲਦਾ ਸੀਗਾ ਦੀ ਤਿਆਰੀ ਭਰਨ ਪਾਣੀ ਪੂਣੀ ਭਰਨ ਨੂੰ ਇਹ ਉਸ ਜ਼ਮਾਨੇ ਦੀਆਂ ਗੱਲਾਂ ਨੇ ਜਦੋਂ ਅੰਗਰੇਜ਼ ਇੱਥੇ ਹੁੰਦੇ ਸੀਗੇ ਤਾਂ ਉਹਨਾਂ ਦੀਆਂ ਸਹੂਲਤਾਂ ਸੀਗੀਆਂ ਅਤੇ ਉਹ ਫਿਰ ਇੱਦਾਂ ਕਰਕੇ ਮਤਲਬ ਤਾਂ ਉਹ ਤੋਂ ਛੱਡਦੇ ਸੀ ਅਤੇ ਪਾਈਪਾਂ 'ਚੋਂ ਨਿਰਧਾਰਤ ਸਮੇਂ 'ਤੇ ਇੱਥੇ ਪਾਣੀ ਆਉਂਦਾ ਸੀ ਠੀਕ ਆ ਇਹ ਕਮਾਲ ਦੀ ਚੀਜ਼ ਆ ਇਹ ਕਸੌਲੀ 'ਚ ਤੁਹਾਨੂੰ ਆਮ ਹੀ ਦੇਖਣ ਨੂੰ ਮਿਲ ਜਾਣਗੇ ਵੱਖਰੀ ਆਈਟਮ ਆ ਜਮਾਂ ਬਿਲਕੁਲ ਅਤੇ ਹੋਰ ਵੀ ਬਹੁਤ ਕੁਝ ਦੇਖਦੇ ਹਾਂ ਆਪਾਂ ਚੱਲੀਏ ਅੱਗੇ ਅਤੇ ਦਰਸ਼ਕੋ ਤੁਰਦੇ ਤੁਰਦੇ ਪਹੁੰਚ ਗਿਆ ਸੁਸਾਈਡ ਪੁਆਇੰਟ 'ਤੇ ਮਤਲਬ ਉਹ ਕਹਿੰਦੇ ਵੀ ਇੱਥੇ ਸੁਸਾਈਡ ਪੁਆਇੰਟ ਆ ਸ਼ਾਇਦ ਜ਼ਿਆਦਾ ਉੱਚਾ ਕਰਕੇ ਧਰਤੀ ਤਾਂ ਕਰਕੇ ਆ ਹੈ ਨਾ ਆਪਾਂ ਇੱਥੇ ਇਹੋ ਜਿਹਾ ਕੰਮ ਨਹੀਂ ਕਰਨਾ ਕੋਈ ਪੁਆਇੰਟ ਆ ਸੁਸਾਈਡ ਪੁਆਇੰਟ ਆ ਇੱਥੇ ਹੈਗਾ ਲੈ ਇੱਥੇ ਟੋਪ 'ਤੇ ਆ ਕੇ ਆਪਾਂ ਇੱਥੋਂ ਤੁਸੀਂ ਮਾੜਾ ਆ ਇੱਧਰੋਂ ਘੁਮਾ ਦਿਓ ਦਰਸ਼ਕ ਇੱਧਰ ਅਤੇ ਆਹ ਦੇਖੋ ਵੀ ਕਮਾਲ ਦਾ ਵਿਊ ਆ ਇੱਥੇ ਕਿਉਂ ਮੰਨਦੇ ਆ ਨਾ ਸਾਰਾ ਇੱਥੇ ਇੱਥੋਂ ਸੁਸਾਈਡ ਪੁਆਇੰਟ ਐਵੇਂ ਤਾਂ ਨਹੀਂ ਕਹਿੰਦੇ ਉੱਚਾਈ 'ਤੇ ਕਰਕੇ ਤਾਂ ਕਹਿੰਦੇ ਆ ਬਹੁਤ ਕਮਾਲ ਦਾ ਨਜ਼ਾਰਾ ਇੱਕ ਨਾ ਦਰਸ਼ਕੋ ਇੱਕ ਮੈਨੂੰ ਬਹੁਤ ਚੰਗੀ ਗੱਲ ਲੱਗੀ ਜਦੋਂ ਅਸੀਂ ਰਾਹ 'ਚ ਆ ਰਹੇ ਸੀ ਨਾ ਸੂਬੇਦਾਰ ਜੋਗਿੰਦਰ ਸਿੰਘ ਜੀ ਮਤਲਬ ਮਹਾਨ ਫੌਜ ਦੇ ਜਿਹੜੇ ਜਰਨੈਲ ਹੋਏ ਆ ਸੂਬੇਦਾਰ ਹੋਏ ਆ ਜਿਹੜੇ ਸਿੱਖ ਰੈਜੀਮੈਂਟ ਨੂੰ ਸੰਬੰਧ ਰੱਖਦੇ ਸੀ ਜਾਂ ਪੰਜਾਬ ਨੂੰ ਸੰਬੰਧ ਰੱਖਦੇ ਸੀ ਉਹਨਾਂ ਦੀਆਂ ਥਾਂ ਥਾਂ ਤਸਵੀਰਾਂ ਲੱਗੀਆਂ ਹੋਈਆਂ ਅਤੇ ਬਹੁਤ ਮਾਣ ਹੋਇਆ ਅਤੇ ਸੂਬੇਦਾਰ ਜੋਗਿੰਦਰ ਸਿੰਘ ਨੂੰ ਤਾਂ ਹੋਰ ਵੀ ਸਾਨੂੰ ਮਾਣ ਹੁੰਦਾ ਕਿਉਂਕਿ ਬਾਈ ਇਹ ਸਾਡੇ ਜ਼ਿਲ੍ਹੇ ਦਾ ਸੀ ਬਹੁਤ ਬਾਈ ਬੜੀ ਹਾਂ ਸਾਡੇ ਮੋਗੇ ਜ਼ਿਲ੍ਹੇ ਦਾ ਸੀ ਮੇਰੇ ਖਿਆਲ 'ਚ ਮੱਲਾ ਭਲੂਰ ਪਿੰਡ ਸੀ ਬਾਈ ਉਹਨਾਂ ਦਾ ਅੱਗੇ ਉਹਨਾਂ ਦਾ ਬੁੱਤ ਵੀ ਲੱਗਿਆ ਹੁੰਦਾ ਸੀ ਅਤੇ ਟੈਂਕ ਵੀ ਖੜ੍ਹਾ ਹੁੰਦਾ ਸੀ ਮੋਗੇ ਦੇ ਵਿੱਚ ਵੀ ਅਤੇ ਲੁਧਿਆਣੇ ਦੇ ਵਿੱਚ ਵੀ ਇੱਕ ਟੈਂਕ ਹੁੰਦਾ ਸੀ ਹੁਣ ਪਤਾ ਨਹੀਂ ਕਿੱਧਰ ਲੈ ਲਓਗੇ ਪੜ੍ਹੇ ਆਉਂਦੇ 5ਵੀਂ 6ਵੀਂ ਕਲਾਸ ਦੇ ਵਿੱਚ ਹਾਂ ਹਿੰਦੀ ਦੇ ਵਿੱਚ ਲੈਸਨ 'ਚ ਹੁੰਦਾ ਸੀਗਾ ਅਤੇ ਮਤਲਬ ਉਹੋ ਜਿਹੇ ਸੂਬੇਦਾਰਾਂ ਦੀਆਂ ਫੋਟੋਆਂ ਦੇਖ ਕੇ ਨਾ ਮਾਣ ਵੀ ਹੁੰਦਾ ਬਾਕੀ ਗੱਲ ਇਹ ਆ ਵੀ ਸਾਨੂੂੰ ਆਰਮੀ ਵਾਲੇ ਫੌਜੀ ਭਾਈਚਾਰੇ 'ਤੇ ਉਹ ਵੀ ਮਾਣ ਬਹੁਤ ਆ ਸਾਡੀਆਂ ਵੀਡੀਓ ਬਹੁਤ ਦੇਖਦੇ ਆ ਕਿਉਂਕਿ ਉਹ ਬਾਰਡਰਾਂ 'ਤੇ ਬੈਠੇ ਆ ਅਤੇ ਉਹ ਪੁਰਾਣਾ ਇਤਿਹਾਸ ਦੀਆਂ ਜਦੋਂ ਆਪਾਂ ਦਿਖਾਉਂਦੇ ਹਾਂ ਕੋਈ ਚੀਜ਼ਾਂ ਉਹਨਾਂ ਨੂੰ ਮਾਣ ਜਾਂ ਮਹਿਸੂਸ ਹੁੰਦਾ ਵੀ ਯਾਰ ਸਾਡੇ ਜਵਾਕ ਉੱਥੇ ਪੰਜਾਬ 'ਚ ਬੈਠੇ ਵਧੀਆ ਚੀਜ਼ ਦਿਖਾ ਰਹੇ ਆ ਅਤੇ ਉਹਨਾਂ ਨੂੰ ਸਲੂਟ ਵੀ ਕਰਦੇ ਆ ਉਹਨਾਂ ਦੀ ਸੇਵਾ ਨੂੰ ਅਤੇ ਜਜ਼ਬੇ ਨੂੰ ਅਤੇ ਆਪਾਂ ਹੋਰ ਵੀ ਬਹੁਤ ਕੁਛ ਦੇਖਣਾ ਹਜੇ ਆਪਾਂ ਸਨ ਸੈੱਟ ਪੁਆਇੰਟ ਵੀ ਦੇਖਣਾ ਵਾ ਹਜੇ ਸੂਰਜ ਛਿਪੂਗਾ ਉਦੋਂ ਹੀ ਸਨ ਸੈੱਟ ਬਣਨਾ ਹਜੇ ਤਾਂ ਉਹ ਤਾਂ ਸੀ ਤਾਂ ਵਾ ਹੌਲੀ ਹੌਲੀ ਆਊਗਾ ਆਪਦੇ ਹਿਸਾਬ ਨਾਲ 7 ਵਜੇ ਆਉਂਦਾ 7:15 ਦੇ ਨੇੜੇ ਤੇੜੇ ਆਉਣਾ ਉਹਨੇ ਥੱਲੇ ਅਤੇ ਉਦੋਂ ਉੱਥੇ ਇਕੱਠ ਵੱਜ ਜਾਣਾ ਉਦੋਂ ਉਹ ਵੀ ਦੇਖਾਂਗੇ ਆਪਾਂ ਤੂੰ ਅਤੇ ਦਰਸ਼ਕੋ ਗੱਲ ਇਹ ਆ ਵੀ ਸਾਨੂੰ ਪੈ ਗਿਆ ਭੁਲੇਖਾ ਉਹ ਕਹਿੰਦੇ ਉਹ ਸੁਸਾਈਡ ਪੁਆਇੰਟ ਨਹੀਂ ਸੀ ਤਾਂ ਹੋਰ ਵੀ ਗਾਂਹ ਵਾ ਫਿਰ ਹੁਣ ਅਸੀਂ ਇੱਧਰਲੇ ਪਾਸੇ ਆ ਖਤਰੇ ਜਿਹੜਾ ਰਾਹ ਮੁੱਲ ਲੈ ਲਿਆ ਮਤਲਬ ਇੱਧਰਲੇ ਖਾਈ ਖਾਈ ਦੁਖਾਦੀ ਫਿਰ ਗੋਪੀ ਲੂੰਘਾ ਜਿਹਾ ਕਰਕੇ ਮਾੜਾ ਜਿਹਾ ਇੱਧਰਲੇ ਪਾਸੇ ਨੂੰ ਥੱਲੇ ਨੂੰ ਅਤੇ ਇੱਧਰਲੇ ਪਾਸੇ ਚੜ੍ਹਦੇ ਤੁਰੇ ਜਾਂਦੇ ਹਾਂ ਹੈਂ ਆਪੇ ਜੰਗਲਾਂ ਦੀ ਯਾਰ ਆਪਦੇ ਆਪ ਹੀ ਪਾਲਦਾ ਜੰਗਲਾਂ ਨੂੰ ਕੌਣ ਕਹਿੰਦਾ ਵੀ ਹਨਾ ਇਹ ਜੰਗਲ ਤਾਂ ਰਾਜੇ ਆਪਦੇ ਆਪ ਚ ਹੀ ਰਾਜੇ ਆ ਆਪਦੇ ਰਾਜੇ ਪੁੱਜੇ ਆ ਬੰਦਾ ਤਾਂ ਜ਼ੋਰ ਲਾ ਕੇ ਹਟਿਆ ਲੱਖ
पूरा हरिया भरा इधर ना रेड जी भरा बने के तेरे मुरे हाथ बने इधर नू आके तुर ला और साइड पेंट पकने दिखाउना है हां और अगर डेमो देंदे दे ते मैं दे यार आ दिखा दी ग्रुपी मेरे नाल नू वी के ना दूजा हैगा के हे जा एरिया कैसा हिसाब दा कमाल दा नजारा इथे इतने कहना जो बर्फा पैदा जी पा बर्फा कहते फरवरी पई से इतने फरवरी कहते कदे कदे स्नोफॉल हो जाता इतने बर्फ देखो आ इन्नी फांटी आई जितों की आप जा रहे हैं पर सेफ आ रहा एडे गल नहीं जेडे है घूम ओ जे बहना वो परे पॉइंट से भी बैठे वे कैसे वे बैठे आ भावें कोई चक्कर ही आए हैं उ नहीं डरते डुरते लोग हाँ अलग अलग पॉइंट बने ठीक है गल अच्छा ठीक है चलो ठीक है ले इधर यार पहाड़ बड़ा बड़ा भैया पत्थरी पत्थर हैं टावर लाया बीएसएनएल दा ऊपर जेड़ा फिर रेंज अपन ਥੱਲੇ ਰੇਂਜ ਘਟ ਨਹੀਂ ਜਾਂਦੀ ਹੈਗੀ ਘਟ ਜਾਂਦੀ ਆ ਹਾਂ ਇੱਥੋਂ ਆ ਕੇ ਪੂਰੀ ਰੇਂਜ ਤੇ ਛੱਡਿਆ ਇੱਥੋਂ ਰੇਂਜ ਛੱਡਿਆ ਇੱਥੇ ਬੀਐਸਐਨਐਲ ਦਾ ਟਾਵਰ ਲੱਗਿਆ ਤਾਂ ਲੈ ਆਪਾਂ ਬਾਈ ਹੁਣ ਪੂਰੇ ਬੱਦਲਾਂ ਦੇ ਵਿੱਚ ਆਓ ਦੇਖੋ ਆਪਾਂ ਨੂੰ ਕਸੌਲੀ ਜਾਂਦੇ ਜਾਂਦੇ ਆਪਾਂ ਕੋਈ ਗਿੱਲੇ ਹੋ ਜਾਵਾਂਗੇ ਹਾਂ ਮਤਲਬ ਉਹ ਸੀ ਬੱਦਲਾਂ ਦੇ ਵਿੱਚ ਦੇ ਨਿਕਲਾਂਗੇ ਤਾਂ ਇਹ ਸੈੱਲ ਬਹੁਤ ਹਵਾ 'ਚ ਯਾਰ ਗੱਲ ਇਹ ਜਾਂ ਤਾਂ ਆਪਦੇ ਆਪ ਸੁੱਕ ਕੇ ਅੱਗ ਦਾ ਚਾਂਸ ਤਾਂ ਨਹੀਂ ਲੱਗਦਾ ਮੈਨੂੰ ਦੇਖ ਵੀਰੇ ਅੱਗ ਆ ਦੇਖੋ ਅੱਗ ਲਾਈ ਆ ਇਹ ਅੱਗ ਜੇ ਅੱਗ ਲਾਈ ਆ ਤਾਂ ਬਾਈ ਬਹੁਤ ਗਲਤ ਗੱਲ ਆ ਆ ਦੇਖੋ ਸਾਰਾ ਹਾਂ ਆ ਕੋਲੇ ਹੋਇਆ ਪਿਆ ਅੱਗ ਲਾਈ ਆ ਵੀ ਦਰਸ਼ਕੋ ਇਹ ਬਹੁਤ ਗਲਤ ਕੀਤਾ ਕਿਸੇ ਨੇ ਕਈ ਵਾਰੀ ਆਪਾਂ ਕਿਸਾਨਾਂ ਨੂੰ ਹੀ ਕਹੀ ਜਾਂਦੇ ਹੁੰਦੇ ਆ ਬੜੀ ਮੁਸ਼ਕਲ ਹੋ ਜਾਂਦੀ ਹੈ ਜਿਹੜੀ ਹਾਂ ਇਹ ਮੈਨੂੰ ਪਤਾ ਇਹ ਆਪਦੇ ਆਪ ਨਹੀਂ ਲੱਗੀ ਇਹ ਲਾਈ ਗਈ ਹੋਣੀ ਹੈ ਵੀਰ ਜੀ ਆਪਾਂ ਨਾ ਉਹ ਨਹੀਂ ਕਰ ਰਹੇ ਸੀਗੇ ਡੈਮ ਦੀ ਕਰ ਰਹੇ ਸੀਗੇ ਆਪਾਂ ਹਾਂ ਡੈਮ ਦੀ ਹਾਂ ਉਦੋਂ ਇਹ ਖਬਰ ਆਈ ਸੀ ਵੀ ਉਰੇ ਅੱਗ ਲੱਗੀ ਸੀ ਹਾਂ ਇਹ ਕੋਈ ਆ ਬੀੜੀ ਬੂੜੀ ਪੀਣ ਵਾਲੇ ਯਾਰ ਲਾ ਕੇ ਸੱਟ ਜਾਂਦੇ ਆ ਤੇ ਜੱਬ ਖੜਾ ਕਰ ਦਿੰਦੇ ਸਾਰਿਆਂ ਨੂੰ ਹਾਂ ਹਾਂ ਕਿੱਡੇ ਕਿੱਡੇ ਉੱਚੇ ਦਰਖਤ ਕਮਾਲ ਕਿ ਨਹੀਂ ਬਾਈ ਦੇਖੋ ਨੇ ਹਰੇ ਹੈ ਕਿੰਨੇ ਸੋਹਣੇ ਲੱਗਣੇ ਸੀਗੇ ਇਹ ਆ ਦੇਖ ਲੈ ਆ ਸਕਾ ਕੇ ਧਰਤੇ ਸਕਾ ਕੇ ਧਰਤੇ ਉਹ ਦੇਖੋ ਦੁਬਾਰੇ ਹਰੇ ਹੋ ਰਹੇ ਨੇ ਹਾਂ बिल्कुल अगे चलते हैं तो हूँ आप चले सुसाइड पॉइंट वाली मतलब है पंगे वाला काम ही आ पर पहाड़ घेंट एंड पॉइंट चल पहाड़ दे आप बड़े बड़े पहाड़ पत्थर आ इतने इस किस्म के लगे हुए तो इतों वेखोगे वो सारा मतलब एक छोटा जहा रह गया तो एंड पॉइंट उत्थे बन जाता सारा व्यू देखोगे ओवरऑल मतलब पहाड़ का एंड पॉइंट आ इतने तो उत्थे आ सुसाइड पॉइंट तो दर्शको इतने वड्डे वड्डे पत्थर लगे आ मैं दस दें एक गल ना जो भी आना तुम इतने स्पोर्ट्स शू पा के आने कोई दूजिया जुत्तियां जत्तियां ना पा के आज लैदर वाली है ना कोई होर हाँ तो चप्पल भी नहीं पा के आनी सा बंदा गलती करे हटिया मेरी स्पीड वध आ मेरी पैका वध आ बूटा नाल तो स्पोर्ट्स शूज़ जा पा के आने तो दूजी गल कोई भी पॉलीथीन वगैरह वधू घट उत्थे सैट के नहीं जानी क्योंकि इतने सख्ती बैन आते जुर्माना तकड़ा वा तो बनता भी है जुर्माना ठीक है ना लोग फिर लापरवाही बहुत करते वे वे काले तो अपना हरे रंग के पत्थर आ इतने हले अस हिसाब का आप कह सकते हैं कि आह इधरले पासे भी खाई आ एक की खा होंगी कहावत एक पासे खूह एक पासे खाई तो इधर पासे भी खाई आ इधरले पासे भी खाई आ गल तो आप पॉइंट तो आए तह देते तो वह सिरे तो दिखा दौ भी इदा करके जरूरी नहीं मुंडे भी कुड़ियाँ भी आ सद घूम आ स वा लोग अक्सर इतने कुड़ियाँ आदि वा घूम सारे ही आ सकते तो आ देखो इधरले पास की पग डंडी जी हाँ नज़ारा इत यह हैगा कसौली पुराना शहर आ अंग्रेजों का वसाया हुआ शहर आ ये तो एक सुनी भी तुम दसते भी लोगों ने ना जे बेशक कुदरती तौर पर भी अग लगी है ना जंगल में ज इतों के पेड़ पौद्या पर लोगों की यह सहायता भी यदा बालन नहीं लैके गए जे कोई लकड़ गली सड़ी उवें पई है तो उवें पई आ केस हुंदा वड्डा करके ते ताइयों लोग लैके नहीं गए यह नहीं गा भी लोगों ने साग रन लिया घरे लिया के गिर गया वो इत्थे खत्म हो बस इत्थे खत्म हो जू पर यह नहीं गा हाँ हाँ इधर तुर आओ इधरले पासे दी इस किस्म व्यू कमाल दा आखरी पॉइंट ते आ गए ते इदां करके बंदे थक जांदे ते फिर लंबे पै जांदे आ ले हा आ गए भी इहनूं आपां सुसाइड पॉइंट कह सकदे आ क्योंकि एंड आ पहाड़ दा थक गए
कि जोगा हो रहा। हाँ सुसाइड पॉइंट आ गया गोपी भरिया दिखा दी लै आडे वे दरख्त जे इधरों हवा आ गई आपको धक्का मार के बच चढ़ दू है बिल्कुल कमाल है मतलब गलबात इतने घंटा कम पहाड़ी पहाड़ी यार माड़ा जहा उधर भी हूँ जाई आप इन्नी दूर तो हूँ आए ही हाँ गोपी भरी आख हाँ इधर लै इधरले पासे आ गए आप कमाल का नज़ारा यार मैं इतना थले ध्यान नाल ध्यान नाल ध्यान नाल हाँ मतलब गुड्डी वड्डी वाले बूट चाहिए आ आखर ते आ जमा ही सुसाइड पॉइंट ते आ गए कहिंदे वी इत्थे दा बंदा बजना ही नहीं जे छाल मार जे मैं दसदा घूमण फिरन वाली जगह पता नहीं किहने इहदा ना सुसाइड पॉइंट रखता तां इदां दा नां नहीं शायद नहीं रखना चाहीदा मतलब घैंट चीज़ा सुंदर चीज़ा तो नां नहीं इहो जिहा रखना चाहीदा सीगा तो सूरज हजे अद्ध क च आया बई बहुत औखा करता है ना आपकी मर्जी ना ही होता सरदार बंदा ना फिर ये करके दुनिया चलती है फिर आपकी मर्जी ना ही आऊगा तो वह भी थोड़ू आखते दिखावे तो होर भी पॉइंट काफ़ी ने वह भी गलबात आप करनी है सनराइज़ भी तो सनसैट तो दर्शकों फिर बई जी घड़ी की उम्मीद सी वो आ गई आ मतलब गले भी सनसैट हो रहा बहुत घेंट आ गले बात तो मैं पहले भी दस्या भी ठंडी हवा चलती है सूरज हौली हौली थले आई जाता वा पहाड़ा तो पहाड़ा बच्चे सूरज उतरदा तो चढ़ता सोना हमेशा लगता ही लगता हों तो सूरज कदे भी माड़ा नहीं होंदा है ना ठीक है शिखर दोपहर जिन्हें दे पिंडे मचते उन्होंने माड़ा कितना कितने असर करता पर फिर भी एक नवी उम्मीद सूरज लैके आता वा पर हुण सनसैट कहिंदे पॉइंट आ कसौली दे सनसैट दा मतलब इतों छिपदा बहुत सोहना लगता वा बहुत नज़ारेदार व्यू बनता इतने तो लोग अक्सर भीड़ दिखा दें भी बहुत दूर दूर तक इतों फैली हुई है दिखा माड़ा घुमा के दिखा दौ लै इस किस्म के लोग दूरों दूरों आते हैं तो आ थले पॉइंट बनया हुआ वा इस पॉइंट उत्ते लोग खड़ के फोटो फाटो करवाए पूरे नज़ारे लेंदे आ सरदार जी सत श्रीकाल जी चढ़ती कला जी चढ़ती कला मतलब ऐ करके बंदे ये नहीं गा भी कल नौजवान ही आते हरेक तरह के बंदे आते एक मैं दस दें गल भी कुड़िया ने जो आना ना आपकी जुत्ती फ्लैट पा के आयो नहीं तो ना मैं देखा कई सैंडल उच्ची हील वाले हत्थां च फड़े हुए थे परसों नाल टंगे हुए थे जो भी होना स्पोर्ट्स टच के होना शूज़ वगैरह थोड़ी स्पोर्ट्स के होन य ना हो भी दूजे पा के आज तो फिर वह सू बन के तो परस पाने पैणगे ज हथ फड़ने पैणगे तो हो सकता मच की फर्श के उत्ते पैर भी सुटे मचण तो यह ध्यान रखना वा आप होर भी व्यू नोट करते हैं कुछ समय बाद होर भी थले होगा वह भी नोट करा तो लै भी दर्शको फिर हुण गल भी हुण सूरज आपका सरदार बंदा दुनिया का सूँ पता हौली हौली थले आना हौली हौली थले आ रहा वा तो आह गलबात सारी सनसैट कह देंगे तो पंजाबी छिपदा कह देंगे तो पहाड़ों के छिप जाना हौली हौली एक गल मैं इतने माड़ी लगी आ जी लोग इतने गंदगी पा के जाते कोई रैपर सट गए कोई बोतल सट गए भाई जी लैके आने बोतल ना वो सट के जाया करो वादा आपकी नाल लैके जाया करो हाँ डस्टबिन लगे वो कोई नहीं पता ध्यान रख्या करो कुदरत अपनी सारियां दी किसी एक दी नहीं ठीक है ना तो कुदरत बलवान है फिर जो आपका नज़ारा दिखाने आँदी तो दिखाई भी बहुत आ तो जो फिर ना हड़ हुड़ लियाने होने तो उदो फिर तबाही भी बहुत मचाऊँगी आ तो दर्शको ये माल रोड आ रात का वेला हो गया लोग घूमते घूमते नज़ारे लेंदे इतने ठंडी हवा चलती आ तो सवेरे भी सूँ दिखावे तो माड़ा जहाँ रात का व्यू भी दिखा दिए इदा करके आह निकिया निकिया नस्ल आई बिकी जा वा हो भरा की हाल चढ़ती कला ऐ करके अपन पंजाब के भरा भी मिल जाते हौसला मिल जाता मोगा जिला नहीं नहीं घंटा गल थोड़ी हूँ थोड़ी गल चढ़ाई है भार थोड़ा सरकार झत्थ आ हूँ थोड़ी गल वी हूँ सुनो हूँ सुनो दो बारी जी कह के गल करनी पैंती है हाँ गल भी इदा बाजार लगे हुए माड़ा जहा दिखा दें मैं क्यों मानते हिसाब दे आज फिर तुरे आओ तो इदा करके आई गल ओवरऑल व्यू दिखा दा बाकी तुहानू सवेरे दिखाउणे आ भरा तो दर्शको आपां कमरे जाके तुहानू कमरा भी दिखा दईए लै भी आ जाओ किरां लंघ आओ आ लै लिया आपां हाँ ये सरदारी कमरा तो गद्दा भी बहुत पोला हाँ हाँ तो मिलदे फिर अगली गलबात लैके आपां सवेरे जो हो तो लै भी दर्शको सवेर हो गई आ कसौली दे विच ते जिहड़ा सन राइज़ पॉइंट सूरज चढ़दे दा पॉइंट उत्थे आए होए आपां भी कहते इतों बा कमाल सूरज चढ़न का नज़ारा होंदा थोड़ा जहा लेट असी बड़ा नहीं गा पर सूरज तो यार चढ़ता चंगा लगता है ना गल पहाड़िया भूड़िया जो कमाल का नज़ारा वा इतें खड़ के लोग देखते हैं मैं दस दें भी इतने इस वक्त असी कले वा लोग सारे सुते पे है इस वक्त कोई चिड़ी परिंदा नहीं
बिना चाह चू पीते इतने आखने कोई होटल नहीं खुला इस वक्त। असी समझ लो कि उन्हां बहादुर बंदियां चीज़ जिहड़े टाइम नाल उठ खड़े हैं। तो आह देखो सूरज इतों चढ़ता व्यू नज़ारा थले आह चील दे रुख ने ते कुछ दूजे अपने देवदार दे रुख कह सकते है ना भाई सोनी। तो अज आह देखो आह नज़ारा यार इतों लै नहीं मैनू लगता सी भी सूरज चढ़ना बाकी कमाल पहाड़ा चो चढ़ा सूरज चंगा लगता है सूरजमुखी बहुत कमाल ठंडी ठंडी हवा कन्ना को नजारा बी कम एक गल हो दस दें इतने तुम आने पहले एक तो टैक्सी भी मिल जाए टैक्सी बिठा के सारा कुछ करा दे पर जे तुसी तंदुरुस्त हो हैल्थ वाइज फिट हो है ना कोशिश करो कि तुर के करो क्योंकि एक तो एक्सरसाइज वधिया हो जाती है ये कवर सारा हो जड़े सुंदरता है वो कवर हाँ क्योंकि देख लैण तो आपां नज़ारे हैं कुदरत दे विच तो कोशिश करो जे फिजिकली फिट जे बजुर्ग दी है ना उम्र दे विच फिर तो बनता ही है फिर तुसी गड्डी लाओ फिर भी घट दा सौदा नहीं गड्डी कराओ तां तां पॉइंट ते रोक ते सानू सैर करा दिंदे आ कोई बंदा बीमार आ उह बिल्कुल भी ना तुर के पंगा लाओ हाँ आपां सही कहने हाँ फिजिकली फिट बंदा वह जिहड़ा हैगा वा मतलब तुर के नाल एक्सरसाइज वधिया हो जाऊगी क्योंकि चंगी हवा मिलनी आ तो तंदुरुस्ती भी मिलनी आ थोनू है ना। तो यार आता यार बड़ा घेंट नज़ारा इतों है ना तो एक आह गुप्पी वीरा दिखा दौ दरख्तों में लग्या मैं कई घर देखता हूं पे होंगे रंग जहा करके अजूम करके दिखा दौ रुख में लग्या जी चीज़ आ फल जहा है ना हाँ ये मुल भी मिलते हो ना बहुत कमाल की चीज़ आ ये भी ना भाई सोनी कहता फौजी भजे जाते भी पिंड जाके आप भी भजया करना मैं पक्का पता नहीं जमा नहीं भजना कोच दे हिसाब नाल ही रख ला मैनूं पेमेंट कर दिया कर ठीक है। आज चलिए आप अगे भी देखते हैं बहुत वधिया चीज दिखाउणी आ उह चीज तुहानू अपना दिखाउणी आ अज भी जिहड़ी पूरे मैं कहना उत्तरी भारत में इको थां एक दो थावां ते बनदी आ असीं हिमाचल दे विच आ कसौली दे विच आ ते इहनूं हैरीटेज स्ट्रीट बोलदे आ उत्थे आ ते कमाल दे बन समोसा बनदा इत्थे समोसा दा कल्ला सब नहीं सुणिया वा कोई लगदा वड्डी गल नहीं पर जिहड़ा बन समोसा वा उह इत्थे बनदा ते वड्डे वड्डे सैलीब्रिटीज़ आ के इत्थे खा के छक के जांदे आ। हैरीटेज स्ट्रीट मतलब इत पत्थरां दी बनी हुई आ ते पुराना बाज़ार आ तुसीं हजे मार्केट खुल ही रही आ क्योंकि ना भीड़ भड़का बहुत हो जांदा इस करके असीं टाइम नाल ही आ बैठे तो इदा करके पुरानी मार्केट या पुराने तख्ते लगे हुए तो इधर आप आ गए नरेंद्र स्वीट्स के हैरीटेज स्ट्रीट के फिर की हाल है सत्या ठीक ठाक तो कार्तिक वीर नाल अपने तो इन्हों की शॉप के उत्ते बहुत घट्ट मिलते हैं ना भाई ये सिर्फ हिमाचल च कसौली च ही है ये अपनी दुकान से ही है तो गल यह भी जदों कि कसौली आओ तो भरा की दुकान से लाजमी आके जाना वा कार्तिक ना वा नरेंद्र स्पीड्स तो सैलीब्रिटीज भी काफ़ी आके गए है ना बहुत सारे किड़े किड़े आ नवजोत कौर सिद्धू ये भी पहुंची है भाई बॉलीवुड सरगुन मेहता रवि दुबे इत्थे आयुष्मान खुराना आशीष विद्यार्थी है आ चप्पा चप्पा चरका चले मूवी दे विच सुनील सिन्हा ही सुनील सिन्हा मतलब यार सारे एक्टर उक्टर इत्थे ही आ गए खुशवंत सिंह ने भी लिखे हुए साडे वरे हां खुशवंत सिंह है यार अपना ये किताबां मैं बहुत पढ़दा इन्हां दी मैं कहना दी हां मकान भी है इन्हां दा है इत्थे आ सामने गांव विच बैठे इधर आ वेटिंग च बैठे हो सर सत श्री अकाल जी बहुत चंगा लगा अखबार पढ़ने की आदत ये बहुत चंगी लगी ना पढ़ रहे थे बहुत सोहने लग रहे अखबार पढ़ना पहले तो यहाँ पे कसौली में कोई आता है तो अखबार ही पकड़ता है वहाँ से ऊपर सीढ़ी चढ़ के जाना पड़ता है अखबार नहीं ज्यादातर लोग मोबाइल में बिजी हो गए ना अभी तो इसी वजह से पेपर थोड़ा सा पीछे हटा रहे हैं पहले वो पढ़ना चाहिए इससे निगाह को फर्क नहीं पड़ता है ना आईज अच्छी हाँ इससे पड़ता है हाँ तो आप पढ़ रहे थे मैं देख रहा था पहले तो ये हाँ, तो मैंने चोरी से देख रहा था हाँ अखबार इन्हें भी इतने पढ़ते सके बहुत अच्छे लग रहे सुंदर लग रहे थे थैंक यू सर तो बनाने आप देखते हैं इधर आज आज भरा आज आज की करते हैं ये हाँ जी ये सॉस सॉस हो गई आप ਕਿਹੜੀ ਰੈੱਡ ਸੌਸ ਹੋ ਗਈ ਗ੍ਰੀਨ ਸੌਸ ਇਹਦੇ ਵਿੱਚ ਆਪਾਂ ਸਮੋਸਾ ਪਾਤਾ ਉਹਦੇ ਬਾਅਦ ਛੋਲੇ ਪਾਤੇ ਲੈ ਕਾਬਲੀ ਛੋਲੇ ਹੈ ਨਾ ਹਾਂਜੀ
ਯੈਸ ਹਜੇ ਤਾਜ਼ਾ ਹੀ ਹੈ, ਬਹੁਤ ਸਾਫ਼ ਆ, ਤੇਲ ਤੂਲ ਤੁਹਾਡਾ ਵਧੀਆ ਵਰਤਦੇ ਹੋ ਭਰਾ, ਹਾਂ ਫਰੈਸ਼ ਆ ਸਾਰਾ ਕੁਛ, ਹਜੇ ਇਕੱਠ ਨਹੀਂ ਹੋਇਆ, ਇੱਧਰਲੇ ਪਾਸੇ ਆ ਜਾ ਭਰਾ, ਤੇਰੀ ਡਿਊਟੀ ਵੱਡੀ ਹੈ, ਲੈ ਗੋਭੀ ਫਿਰ ਨੇੜੇ ਕਰਕੇ ਦਿਖਾ ਦੀਆਂ ਤਲਦੇ ਤੁਲਦੇ ਜੇ ਪੂਰੇ, ਲੈ ਕਮਾਲ ਆ ਗੱਲਬਾਤ, ਤਿੰਨ ਬਣਾ ਦੀ ਭਰਾ, ਕਿਉਂਕਿ ਇੱਕ ਕੈਮਰਾਮੈਨ ਗੁਰਪ੍ਰੀਤ ਸਿੰਘ ਨਾਲ ਆ ਅਤੇ ਬਾਈ ਸੋਨੀ ਬਾਲਪੁਰ ਵਾਲਾ ਅਤੇ ਇੱਕ ਵੀਰੇ ਵਾਸਤੇ, ਠੀਕ ਆ ਅਤੇ ਦੋ 'ਚ ਕੀ ਕਰਨਾ, ਬਸ ਬਣ ਜਾਣਾ ਇਹ ਤਕਰੀ, ਕਿੰਨੀ ਛੋਟੇ ਹੀ ਕੰਮ ਆ ਅਤੇ ਬਣਾਉਂਦਾ ਕੋਈ ਨਹੀਂ ਹੈ ਨਾ, ਹਾਂਜੀ ਹਾਂ ਦੋ ਤਿੰਨ ਦੇਖ ਕੇ ਤੁਹਾਨੂੰ ਲੱਗੇ ਕਰਨ, ਕਾਰਤਿਕ ਵੀਰੇ ਤਕਨੀਕ ਸੌਖੀ ਹੋਈ ਹੈ ਅਤੇ ਬੰਦੇ ਬਣਾਉਂਦੇ ਘੱਟ ਆ, ਹੈ ਨਾ, ਹਾਂ ਹਿਮਾਚਲ ਦੇ ਵਿੱਚ ਕਾਫੀ ਬਣਾਈ ਹੋਈ ਨੇ, ਚਟਨੀਆਂ ਵੀ ਲਾਲ ਗ੍ਰੀਨ ਸਾਰਾ ਕੁਝ, ਸਪੈਸ਼ਲ ਹੀ ਆ ਸਮੋਸੇ ਦੇ ਵਿੱਚ ਨਾ, ਆਪਦਾ ਹੀ ਪਾਉਂਦੇ ਆ ਸਾਰਾ ਮਟੀਰੀਅਲ ਬਣਾ ਕੇ, ਦੇਖਣ ਨੂੰ ਸਧਾਰਨ ਲੱਗਦਾ ਵੀ ਬ੍ਰੈਡ ਦੇ ਵਿੱਚ ਇਹਨਾਂ ਨੇ ਪਤਾ ਕੱਟ ਰਹੇ, ਦਿਖਾਓ ਇੱਦਾਂ ਪੀਸ ਕੱਟ ਰਹੇ, ਕੱਟੇ ਜਾਣੇ ਇੱਦਾਂ, ਦੋ ਪੀਸ ਹੋ ਜਾਣੇ ਆ, ਬਸ ਓਕੇ ਡਨ, ਲਿਓ ਫਿਰ ਸਾਨੂੰ ਪਾ ਦਿਓ ਫਿਰ ਪਲੇਟ ਦੇ ਵਿੱਚ, ਅਤੇ ਖਾਣਾ ਕਿਵੇਂ, ਬਸ ਸਿੱਧਾ ਹੀ, ਕੁਛ ਉੱਥੇ ਸੌਸ ਸੂਸ ਨਹੀਂ ਪਾਉਣ ਦੀ ਲੋੜ, ਅੱਛਾ ਵੀ ਗੱਲ ਹੈਗੀ ਆ, ਐਵੇਂ ਨਹੀਂ ਗਾ ਬੋਲੀਵੁੱਡ ਵਾਲੇ, ਇੱਥੇ ਪਹੁੰਚਦੇ ਕਮਾਲ ਚੀਜ਼ ਆ, ਮੈਂ ਸੌਸ ਹੋਰ ਨਹੀਂ ਪਾਊਂਗਾ ਅਤੇ ਮੈਂ ਤਾਂ ਇੱਕ ਇੱਕ ਹੋਰ ਵੀ ਖਾ ਕੇ ਜਾਊਂਗਾ, ਚਪਟਾ ਜਿਹਾ ਹੋ ਗਿਆ ਆਹ ਚੀਜ਼ ਬਣ ਗਈ, ਲੈ ਕਿਉਂ ਕਮਾਲ, ਲਓ ਵੀ ਲੈ ਲਓ, ਕਿੱਥੇ ਕੈਮਰਾਮੈਨ ਵਾਸਤੇ ਸਾਡਾ ਰੱਖ ਦਿਓ, ਹੁਣ ਆਪਾਂ ਆ ਜਾਓ ਗੋਭੀ ਅੰਦਰ ਆ ਜਾਓ, ਆਪਾਂ ਛਕਦੇ ਹਾਂ ਬਹਿ ਕੇ ਅਤੇ ਫਿਰ ਆਖਰ ਤੇ ਇੱਕ ਇੱਕ ਹੋਰ ਲਵਾਂਗੇ, ਅਤੇ ਚਾਹ ਚੂਹ ਦਾ ਵੀ ਪ੍ਰਬੰਧ ਹੈਗਾ, ਬਸ ਠੀਕ ਆ ਜਾਓ, ਆ ਜਾਓ ਭਰਾ, ਦਰਸ਼ਕੋ ਇੱਕ ਤਾਂ ਪਹਿਲਾਂ ਆਪਾਂ ਬੰਨ ਸਮੋਸਾ ਖਾਧਾ ਸੀ, ਹੁਣ ਕਹਿੰਦੇ ਵੀ ਗੁਲਾਬ ਜਾਮਣ ਵਾਲਾ ਵੀ ਹੁੰਦਾ, ਮੈਂ ਕਿਹਾ ਵੀ ਹੁਣ ਆਈ ਆ ਕਸੌਲੀ ਦੇ ਵਿੱਚ ਇਹ ਵੀ ਬੜਕਾ ਦੇ, ਹੁਣ ਆ ਮੈਂ ਕਿਹਾ ਆਹ ਵੀ ਗੁਲਾਬ ਵਿੱਚ ਪਈ ਹੈ ਕੀ ਇਹ ਚਾਸ਼ਣੀ, ਹਾਂਜੀ ਚਾਸ਼ਣੀ, ਅਤੇ ਬੱਚਾ ਗੁਲਾਬ ਜਾਮਣ ਪਾ ਦੇਣੀ, ਗੋਭੀ ਇੱਧਰ ਨੇੜੇ ਕਰਕੇ ਦਿਖਾ ਦਿਓ, ਲੈ ਆ ਇੱਕ ਪੂਰੀ ਲੰਮੀ ਜਿਹੀ ਪਾ ਤਾਂ ਸਤੀਰੀ ਵਰਗੀ ਗੁਲਾਬ ਜਾਮਣ ਫਿੱਟ ਕਰਤੀ ਰੱਖਤੀ ਆ, ਹਾਂ ਇਹ ਹੋ ਗਈ, ਹੁਣ ਇਹ 'ਚ ਕੀ ਪਾਓਗੇ, ਇਹ 'ਚ ਫਿਰ ਸਮੋਸਾ, ਬੱਕਰ ਲਈ ਇਹੀ ਅਤੇ ਨਾਲੇ ਕਹਿੰਦੇ ਸਮੋਸਾ ਵੀ ਵਿੱਚ ਪਾਵਾਂਗੇ, ਅੱਛਾ ਲਹਿਦਾ ਲਹਿਦਾ ਬਣਦਾ, ਮੈਂ ਕਹਿੰਦੇ ਖੱਟਾ ਮਿੱਠਾ ਸਾਰਾ ਕੁਝ ਮੈਚੀ, ਲੈ ਠੀਕ ਆ, ਇਹ ਵੀ ਆਪਾਂ ਦੇਖਦੇ ਹਾਂ ਖਾ ਕੇ ਕਿਵੇਂ ਆ, ਉਹ ਤਾਂ ਵੀ ਕਮਾਲ ਸੀ ਚੀਜ਼ ਵੀ ਦਰਸ਼ਕੋ, ਇੱਕ ਮੈਂ ਦੇਖਿਆ ਵੀ ਉਹ ਆਪਾਂ ਨਾ ਮਿਰਚ ਘੱਟ ਖਾਂਦੇ ਉਸ ਹਿਸਾਬ ਦਾ ਨਹੀਂ ਸੀ, ਪੂਰਾ ਬੈਲੈਂਸ ਸੀਗਾ ਸਾਰਾ ਕੁਛ, ਮਤਲਬ ਨਾ ਘੱਟ ਨਾ ਵੱਧ, ਪੂਰਾ ਟੇਸਟ ਵਾਲਾ ਗੱਲ ਸੀ, ਹੈ ਨਾ, ਹਾਂ ਪੂਰਾ ਘੈਂਟਾ ਕੰਮ, ਬਸ ਇਹ 'ਚ ਇਕੱਲੀ ਬਸ ਚਾਸ਼ਣੀ ਅਤੇ ਬਰਗਰ ਅਤੇ ਆਹ ਗੁਲਾਬ ਜਾਮਣ, ਇਹ ਨਹੀਂ ਹਾਂ ਮਿਕਸ ਕਰਕੇ ਬਣਾਈ ਹੈ, ਅੱਛਾ ਇਹ ਫਾਦਰ ਸਾਹਿਬ ਨੇ ਤੁਹਾਡੇ, ਠੀਕ ਹੈ ਹੋਰ ਠੀਕ ਠਾਕ ਹੋ ਜੀ, ਇਹ ਤੁਹਾਡੀ ਕਾਰਡ ਆ, ਇਹ ਫਿਰ ਕਿੱਥੋਂ ਤੁਹਾਨੂੰ ਆਈਡੀਆ ਆ ਵੀ ਆਪਾਂ ਐਂ ਕਿਤੇ ਸਮੋਸਾ ਵਿੱਚ ਰੱਖ ਕੇ ਬਣਾ ਦਿਆ ਕਰੀਏ, ਸਨਾਵਰ ਲਾਰੈਂਸ ਸਕੂਲ, ਸਨਾਵਰ ਲਾਰੈਂਸ ਸੁਣਾ ਜੀ, ਵਹਾਂ ਮੈਕਸਿਮਮ ਪਹਿਲੇ ਅੰਗਰੇਜ਼ੋ ਕੇ ਬੱਚੇ ਪੜ੍ਹਤੇ ਥੇ ਜੀ, ਜੀ ਸੰਡੇ ਕੋ ਉਨਕੀ ਆਊਟਿੰਗ ਹੋਤੀ ਥੀ, ਤੋ ਸੰਡੇ ਕੋ ਵੋ ਕਸੋਲੀ ਆਤੇ ਥੇ ਜੀ, ਤੋ ਉਨਕੋ ਦਾਲ ਚਾਵਲ ਰੋਟੀ ਇਹ ਤੋ ਅੱਛਾ ਲਗਤਾ ਨਹੀਂ ਥਾ, ਤੋ ਬੰਦ ਲੈ ਲੇਤੇ ਥੇ, ਸਮੋਸਾ ਲੈ ਲੇਤੇ ਥੇ, ਥੋੜੀ ਚਟਨੀ ਬੀਚ ਮੇਂ ਲਗਾ ਕੇ ਬਸ ਸੋਸ, ਤਬ ਸੇ ਟ੍ਰੈਂਡ ਸ਼ੁਰੂ ਹੋ ਗਿਆ, ਤੋ ਆਪਨੇ ਆਪਕਾ ਨਾਮ ਕਿਆ ਹੈ ਸਰ, ਮੇਰਾ ਨਾਮ ਨਿਰਮਲ, ਨਿਰਮਲ ਤੋ ਮਤਲਬ ਕਹਿ ਸਕਦੇ ਕਿ ਉਹਨਾਂ ਨੇ ਬੇਸ ਟਾਈਮ ਪਾਸ ਕੇ ਲਈ ਜਗ੍ਹਾ ਬਣਾ ਬਣਾਇਆ ਥਾ ਫਾਰਮੂਲਾ, ਤੋ ਉਹ ਅਭੀ ਇੱਕ ਟੇਸਟ ਬਣ ਗਿਆ, ਆਪਨੇ ਉਸਕੋ ਇੱਕ ਲਾਈਨ ਦੀ ਲਾਈਨ ਦੀ ਦੀ ਤੋ ਬਹੁਤ ਅੱਛਾ ਸਰ, ਲਾਈਨ ਦੀ ਦੀ ਜੀ 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 ਬਹੁਤ ਅੱਛਾ, ਤੋ ਇਸਕੋ ਵੀ ਇਹਨੂੰ ਵੀ ਕੱਟਿਆ ਜਾਂਦਾ, ਚਾਰ ਪੀਸ ਹੋ ਗਏ, ਠੀਕ ਹੈ ਸੋ ਪਲੇਟ ਚਾਰੇ ਰੱਖ ਦਿਓ ਤੇ ਚਾਰ ਪੀਸ ਕਰਕੇ, ਇੰਗਲੈਂਡ ਅਮਰੀਕਾ ਤੋਂ ਆਉਂਦੇ ਬਰਗਰ ਕਿੰਗ ਦੀ, ਆਹਦੇ ਦੇਖੋ ਟ੍ਰਿਪਲ ਡਿਵਾਈਸ ਕਵਰ ਕਰ ਚੁੱਕੇ, ਦੇਖੋ ਫਿਰ ਖਾ ਕੇ ਦੇਖੋ, ਗੋਪੀ ਕਹਿੰਦਾ ਸੀ ਵੀ ਮਿੱਠਾ ਜਿਹਾ ਹੋਊਗਾ ਮੈਂ ਤਾਂ ਨਹੀਂ ਖਾਣਾ, ਤੇ ਹੁਣ ਭਰਾਵਾ ਤੁਹਾਨੂੰ ਦੇਣਾ ਨੀਗਾ, ਤਾਂ ਖਾ ਕੇ ਦੇਖ ਸਕਦਾ, ਲੈ ਕਮਾਲ ਦੀ ਚੀਜ਼ਾਂ, ਲੈ ਕੈਮਰਾਮੈਨ ਨੂੰ ਦੇਣਾ ਬਣਦਾ, ਇਹਦੀ ਬਦੌਲਤੀ ਆਪਾਂ ਫਲਮਾ ਰਹੇ ਹਾਂ, ਇਹ ਵੀ ਬਹੁਤ ਘੈਂਟ ਆ ਵੀ ਕੰਮ ਨਾ ਸਿਰਾ ਚੀਜ਼ ਆ, ਇੱਕ ਤਾਂ ਗੁਲਾਬ ਜਾਮਣ
कमाल दी चीज़ असि एक एक प्लेट पहला खा लिया एक हुण खा लेनी दो बाद ये हमारी मैजिक टंकी है जी, इसमें 2-3 हज़ार आदमी रोज हाथ धोते हैं। अच्छा, इसमें कभी पानी खत्म नहीं होता, और सबसे बड़ी बात यह है कि इसमें कनेक्शन भी कोई नहीं है। अच्छा, कोई कनेक्शन नहीं, पानी खत्म नहीं, पानी नहीं खत्म होता इसमें। ते की कारण? कारण ये है कि जब खत्म होने लगता है उससे पहले ही भर देते हैं इसको। ठीक है, ओके सर, थैंक यू। धन्यवाद सीगा अपना नाहक नरेंद्र स्वीट्स ते बनाउंदे समोसा बन वगैरह बनाउंदे आ ते काफी फेमस ने। तो दर्शकों ये सारा कसौली थानू दिखाया अज, मैं दस दिया भी बहुत खूबसूरत आ, तुसी 2 दिन दे विच सारा कसौली घूम सकदे हो, इंजॉय कर सकदे हो। जे थोनों लगता भी ठंडिया हवावं होर लैनियां, होर जिन्नी मर्जी रातां रही चलो, मैं थोनों दस दिया भी असी जिथे रहे सीगे नाल ही पार्किंग आ मेन थां ते रहे सी करके कमरे इत्थे महंगे आ, 7,000 भी मंगदा कोई, 4,500 मंगदा कोई, 5,000 मंगदा, पर साढ़े एक परे लोट आ गया कम, बहुत वधिया कमरा सी 2,800-3,000 ची मिल गया। जिहड़ी पार्किंग हुंदी है 4 घंटे लई 130 रुपये, ते जे उदू बाद विच घंटे घंटे दे नाल 20-20 रुपये जुड़दे जांदे आ। ते दूजा मैं दसदा भी 2,800 ते रोटी पानी का 2,000 रुपया खर्चा आउंदा तिना बंदियां दा, मैं आपदा दसदा वी उस हिसाब ते तुसीं आ सकदे हो, बड़ा महंगियां च चक्करां च नहीं कम हैगा ये। दूसरी गल आ भी खर्चा आउण जाण दा किन्ना होगा, वह थोड़ी गड्डी ते डिपेंड करदा। मैं दसदा भी साडी गड्डी दी एवरेज आम पंजाब च 20 दी दिंदी सी, ते इत्थे 10 दी दित्ती, 9-10 दे हिसाब नाल, ते नेड़े ही आ सकदे हो, कोई बहुता महंगा नहीं गा। काफ़ी 3-4 चीज़ां सारियां तुहानूं दिखातियां विच, ते अगली वारी होर कोई नवां विशा लैके मिलदे आ। ते मगर चर्च हैगी आ, चर्च ऑफ इंग्लैंड, इत्थों ही आपां लगभग शुरू कीता, इत्थे ही आपां दिखाता तुहानूं सारा कुछ, ते अगली वारी होर कोई नवां विशा लैके मिलदे आ। मेहरबानी, धन्नवाद।